पंजाब के नौजवान ने जिहड़े ओह कल्ले फेसबुक दे उत्ते गल्लां करन वाले नहीं है, वह अपने हक्कां लई, अपने पंजाब लई, अपनी होंद लई सड़कां ते ने, वह मैदानां च ने, वह जंग लड़नगे, वह जित के ही वापस आ। ਤਾਂ ਇਹਨਾਂ ਪੁਲਿਸ ਨੇ ਸਰਕਾਰ ਨੇ ਆਪਾਂ ਨੂੰ ਦਿਨੋ ਦਿਨ ਤੰਗ ਕਰਨਾ ਸ਼ੁਰੂ ਕਰਨਾ। ਸੋ ਇਹਨਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਪੈਣਾ, ਇਸ ਹੱਲੇ ਨੂੰ ਰੋਕਣਾ ਪੈਣਾ। ਮੈਂ ਅੱਜ ਵੀ ਕਿਹਾ ਸੀ ਕਿ ਜਿਹੜਾ ਫੜਿਆ ਗਿਆ ਤਾਂ ਗੱਲ ਅਲੱਗ ਆ, ਪਰ ਜੇ ਬਾਹਰ ਰਿਹਾ ਤਾਂ ਅੰਦੋਲਨ ਜਿੱਤੇ ਬਿਨਾਂ ਘਰੇ ਨਹੀਂ ਮੁੜਦਾ। ਇੱਕ ਪਾਸੇ ਤੁਸੀਂ ਰੱਖ ਲਿਓ ਦੋਨੇ ਇਕੱਠੇ ਹੋ ਕੇ, ਇੱਕ ਪਾਸੇ ਪੰਜਾਬ ਦੇ ਲੋਕ ਰੱਖ ਲੈਣਗੇ, ਜਿਹੜੇ ਪੰਜਾਬ ਦੇ ਦਰਦੀ ਲੋਕ ਨੇ, ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ, ਇੱਕ ਪਾਸੇ ਉਹ ਰੱਖ ਲੈਣਗੇ, ਤੁਹਾਡਾ ਭੁਲੇਖਾ ਲੋਕ ਕਰ ਦੇਣਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਸੇ ਤਾਂ ਧੰਨਵਾਦ ਕਰਨਾ ਨਹੀਂ ਬਣਦਾ, ਕਿਉਂਕਿ ਸਾਰੇ ਅੱਜ ਜਿੰਨੇ ਵੀ ਮਹਿਰਾਜ ਦੀ ਇਸ ਮਹਾਨ ਰੈਲੀ ਦੇ ਵਿੱਚ ਆਏ ਨੇ, ਚਾਹੇ ਉਹ ਪੰਜਾਬ ਤੋਂ ਹੋਣ ਜਾਂ ਹਰਿਆਣਾ ਜਾਂ ਰਾਜਸਥਾਨ ਤੋਂ ਹੋਣ, ਉਹ ਆਪਣੇ ਹੱਕਾਂ ਲਈ ਆਏ ਨੇ, ਉਹ ਆਪਣੇ ਪੰਜਾਬ ਲਈ ਆਏ ਨੇ, ਉਹ ਆਪਣੀ ਧਰਤੀ ਮਾਂ ਲਈ ਆਏ ਨੇ। ਪਰ ਫਿਰ ਵੀ ਧੰਨਵਾਦ ਇਸ ਕਰਕੇ ਕਰਨਾ ਬਣਦਾ ਕਿ ਮੈਂ ਸਮਝਦਾ ਕਿ ਤੁਸੀਂ ਇੱਕ ਮੇਰੇ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਲੱਖਾਂ ਦਾ ਜਿਹੜਾ ਇਕੱਠ ਹੈ ਉਹ ਕੀਤਾ। ਮੈਨੂੰ ਲੱਗਦਾ ਨਹੀਂ ਸੀ ਵੀ ਐਡੀ ਉਮੀਦ ਨਹੀਂ ਸੀ ਕਿ ਐਡਾ ਵੱਡਾ ਇਕੱਠ ਹੋ ਜਾਊਗਾ, ਪਰ ਯਾਰ ਕਮਾਲ ਕਰਤੀ। ਮੈਨੂੰ ਹੁਣ ਪਤਾ ਲੱਗਿਆ ਜਦੋਂ ਮੈਂ ਬਾਅਦ ਦੇ ਵਿੱਚ ਜਿਹੜੇ ਟੈਂਟ ਵਾਲੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ, ਉਹ ਕਹਿੰਦੇ ਬਾਈ ਜਿਹੜੇ ਹਿਸਾਬ ਨਾਲ ਅਸੀਂ ਮੈਟ ਵਿਛਾਏ ਸੀ ਉਸ ਹਿਸਾਬ ਨਾਲ ਲੱਗਦਾ ਵੀ ਜਿਹੜੇ ਬੈਠੇ ਸੀ ਅਤੇ ਉਸ ਤੋਂ ਬਾਅਦ ਇਲਾਵਾ ਲੋਕ ਕੋਠਿਆਂ 'ਤੇ ਚੜ੍ਹੇ ਹੋਏ ਸੀ, ਟਾਵਰਾਂ 'ਤੇ ਚੜ੍ਹੇ ਹੋਏ ਸੀ, ਬਨੇਰਿਆਂ 'ਚ ਬੈਠੇ ਸੀ, ਕਿ ਬੈਠਣ ਦੀ ਸਮਰੱਥਾ ਜਿਹੜੀ ਉਹ 1 ਲੱਖ ਤੋਂ ਉੱਪਰ ਸੀ। ਅਤੇ ਆਲੇ ਦੁਆਲੇ ਜਿਹੜੇ ਕੋਈ ਲੰਗਰ ਛੱਕੀ ਜਾਂਦਾ ਸੀ, ਕੋਈ ਕੋਠਿਆਂ 'ਤੇ ਬੈਠੇ ਨੇ, ਕੋਈ ਆਲੇ ਦੁਆਲੇ ਫਿਰ ਰਹੇ ਸੀ, ਉਹਨਾਂ ਦੀ ਗਿਣਤੀ ਵੀ ਉੱਡਵੀਂ ਗਿਣਤੀ ਉਹਨਾਂ ਦੀ ਸੀ। ਸੋ ਇਸ ਕਰਕੇ ਧੰਨਵਾਦ ਕਰਨਾ ਬਣਦਾ ਕਿ ਕੋਈ ਕਿਸੇ ਨੂੰ ਨਿੱਜੀ ਸੁਨੇਹਾ ਨਹੀਂ ਮੈਂ ਦਿੱਤਾ। ਅਤੇ ਪਰ ਮੈਂ ਯਾਰ ਅੱਜ ਹੈਰਾਨ ਰਹਿ ਗਿਆ ਕਿ ਬਹੁਤ ਜ਼ਿਆਦਾ ਜਿਹੜਾ ਪਿਆਰ ਅਤੇ ਸਤਿਕਾਰ ਤੁਹਾਡੇ ਵੱਲੋਂ ਮਿਲਿਆ। ਮੈਂ ਦੇਖਿਆ ਕਿ ਗੁਰਦਾਸਪੁਰ ਤੋਂ, ਜਲੰਧਰ ਤੋਂ, ਅੰਮ੍ਰਿਤਸਰ ਤੋਂ, ਦੂਰੋਂ ਦੂਰੋਂ ਕਈ ਮੇਰੀਆਂ ਭੈਣਾਂ ਆਈਆਂ ਜਲੰਧਰ ਤੋਂ। ਉਹਨਾਂ ਨੇ ਮੈਨੂੰ ਮਿਲ ਕੇ ਦੱਸਿਆ ਕਿ ਖਾ ਜਲੰਧਰ ਤੋਂ ਆਇਆ, ਸਾਡਾ ਵਕੀਲ ਭਾਈਚਾਰਾ, ਵਕੀਲ ਵੀ ਬਹੁਤ ਸਾਡੇ ਭਰਾ ਹੈ, ਹਰ ਤਰ੍ਹਾਂ ਦਾ ਵਰਗ। ਮੈਂ ਹੁਣ ਕਿਹਦਾ ਕਿਹਦਾ ਜ਼ਿਕਰ ਕਰਾਂ, ਜ਼ਿਕਰ ਕਰੂੰਗਾ ਗੱਲ ਲੰਬੀ ਹੋ ਜਾਣੀ ਆ। ਮੈਨੂੰ ਲੱਗਦਾ ਕਿ ਕੋਈ ਵਰਗ ਰਿਹਾ ਨਹੀਂ ਹੈਗਾ ਇੱਥੇ ਸ਼ਮੂਲੀਅਤ ਕਰਨ ਤੋਂ ਬਿਨਾਂ। ਸੋ ਮੈਂ ਤੋਂ ਰਿਹਾ ਨਹੀਂ ਗਿਆ ਕਿ ਯਾਰ ਮੈਂ ਤੁਹਾਡਾ ਧੰਨਵਾਦ ਜਿਹੜਾ ਕਰਾਂ। ਸੋ ਇਹ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਮੇਰੇ ਮਹਿਰਾਜ ਪਿੰਡ ਦੇ ਮੇਰੇ ਸਾਥੀਆਂ ਦਾ, ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਆਪਣੇ ਕੋਲੋਂ ਖਰਚਾ ਕਰਕੇ। ਜਿੰਨਾ ਵੀ ਪ੍ਰਬੰਧ ਹੋਇਆ, ਚਾਹੇ ਲੰਗਰ ਦਾ ਖਰਚਾ ਹੋਇਆ, ਚਾਹੇ ਟੈਂਟ ਦਾ ਹੋਇਆ, ਚਾਹੇ ਉਹ ਸਾਊਂਡ ਸਪੀਕਰਾਂ ਦਾ ਹੋਇਆ, ਸਾਰਾ ਜਿਹੜਾ ਖਰਚਾ ਉਹਨਾਂ ਨੇ ਕੋਲੋਂ ਕਰਕੇ, ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ। ਬਸ ਮੈਂ ਇਹ ਕਹਿਣਾ ਚਾਹੁੰਦਾ ਕਿ ਯਾਰ ਵੀ ਅੱਜ ਤੁਸੀਂ ਦਿਖਾ ਤਾ ਕਿ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਇਕੱਲੇ ਫੇਸਬੁੱਕਾਂ ਦੇ ਉੱਤੇ ਗੱਲਾਂ ਕਰਨ ਵਾਲੇ ਨਹੀਂ ਹੈ, ਉਹ ਆਪਣੇ ਹੱਕਾਂ ਲਈ, ਉਹ ਆਪਣੇ ਪੰਜਾਬ ਲਈ, ਉਹ ਆਪਣੀ ਹੋਂਦ ਲਈ ਸੜਕਾਂ 'ਤੇ ਨੇ, ਉਹ ਮੈਦਾਨਾਂ 'ਚ ਨੇ, ਉਹ ਜੰਗ ਲੜਨਗੇ, ਉਹ ਜਿੱਤ ਕੇ ਹੀ ਵਾਪਸ ਆਉਣਗੇ। ਇਹ ਅੱਜ ਕੱਲ੍ਹ ਤੁਸੀਂ ਦਰਸਾ ਦਿੱਤੀ ਆ ਭਰਾਵੋ। ਅਤੇ ਅਗਲੀ ਮੈਂ ਬੇਨਤੀ ਜਿਹੜੀ ਕਰਨੀ ਆ ਉਹ ਮੈਂ ਕਿਸਾਨ ਆਗੂਆਂ ਨੂੰ ਕਰਨੀ ਆ, ਕਿ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਅਸੀਂ ਮੈਜਿਸਟ੍ਰੇਟ ਤੋਂ ਵੀ ਇਹੀ ਗੱਲ ਬੋਲੀ ਆ ਕਿ ਅਸੀਂ ਹਰ ਵਕਤ ਤੁਹਾਡੇ ਨਾਲ ਹਾਂ। ਤੁਸੀਂ ਕੋਈ ਨਾ ਕੋਈ ਜਿਹੜਾ ਪ੍ਰੋਗਰਾਮ ਹੈ ਉਹ ਦਿੱਲੀ ਦੇ ਵਿੱਚੋਂ ਦਿਓ, ਤਾਂ ਕਿ ਜਿਹੜੀ ਸਰਕਾਰ ਹੁਣ ਧੱਕੇਸ਼ਾਹੀ 'ਤੇ ਉਤਰੀ ਹੋਈ ਹੈ, ਨੋਟਿਸ ਕੱਢ ਰਹੀ ਹੈ, ਫੋਟੋਆਂ ਜਾਰੀ ਕਰ ਰਹੇ ਨੇ, ਛਾਪਾਮਾਰੀ ਹੋ ਰਹੀ ਹੈ, ਨੌਜਵਾਨਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ, ਆਗੂਆਂ ਦੀਆਂ ਵੀ ਕਈਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਜਾਰੀ ਹੋਈਆਂ ਨੇ, ਅਤੇ ਟਿੱਕਰੀ ਵਾਲੇ ਪਾਸੇ ਮੈਂ ਦੇਖਿਆ ਕਿ ਨੋਟਿਸ ਲਾਏ ਹੋਏ ਨੇ, ਬੋਰਡਾਂ 'ਤੇ ਲਿਖ ਕੇ ਲਾ ਤਾ ਪੁਲਿਸ ਨੇ ਕਿ ਤੁਹਾਨੂੰ ਇਹ ਧਰਨਾ ਚੱਕ ਲੈਣਾ ਚਾਹੀਦਾ। ਸੋ ਜੇ ਆਪਾਂ ਐਂ ਚੁੱਪ ਬੈਠੇ ਰਹੇ ਨਾ, ਆਪਾਂ ਕੋਈ ਨਾ ਕੀਤਾ, ਕੋਈ ਹੀਲੋਜਿੱਤ ਨਾ ਕੀਤੀ, ਕੋਈ ਨਾ ਪ੍ਰੋਗਰਾਮ ਦਿੱਤਾ, ਤਾਂ ਇਹਨਾਂ ਪੁਲਿਸ ਨੇ, ਸਰਕਾਰ ਨੇ ਆਪਾਂ ਨੂੰ ਦਿਨੋ ਦਿਨ ਤੰਗ ਕਰਨਾ ਸ਼ੁਰੂ ਕਰਨਾ। ਸੋ ਇਹਨਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਪੈਣਾ, ਇਸ ਹੱਲੇ ਨੂੰ ਰੋਕਣਾ ਪੈਣਾ, ਜੇ ਆਪਾਂ ਚਾਹੁੰਦੇ ਹਾਂ ਕਿ ਇਸ ਅੰਦੋਲਨ ਨੂੰ ਆਪਾਂ ਜਿੱਤੀਏ। ਸੋ ਭਰਾਵੋ, ਮੈਂ ਤੁਹਾਨੂੰ ਇਸ ਕਰਕੇ ਅਪੀਲ ਕਰਦਾ ਕਿ ਜਦੋਂ ਵੀ ਕਿਤੇ ਵੀ ਸਾਨੂੰ ਕੋਈ ਸੱਦਾ ਆਉਂਦਾ, ਦਿੱਲੀ ਜਾਣ ਦਾ ਆਉਂਦਾ, ਕਿਤੇ ਵੀ ਕੋਈ ਪ੍ਰੋਗਰਾਮ ਦਾ ਸੱਦਾ ਆਉਂਦਾ, ਤਾਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਦਿੱਲੀ ਜਾਵਾਂਗੇ, ਅਤੇ ਅਸੀਂ ਆਵਾਂਗੇ, ਹਰ ਹਾਲਤ ਦਿੱਲੀ ਆਵਾਂਗੇ, ਤੁਸੀਂ ਕੋਈ ਪ੍ਰੋਗਰਾਮ ਜ਼ਰੂਰ ਦਿਓ। ਅਤੇ ਇਹ ਤੋਂ ਇਲਾਵਾ
अज मैं एक होर देखा कि एक प्रापेगंडा हो गया जी, एक तो जी कांग्रसियों ने इकट्ठ कराता जी, ये फलानिया ने कराता। उन्होंने लोगों मैं कहना चाहना कि यह इकट्ठ मैं नहीं कहता लखे करके इकट्ठ होया, ये ना किसी कांग्रसी करके इकट्ठ होया। ठीक है, जेडे कांग्रसी मेरा एक मित्र भी है मुंडा कमलजीत बागे पुराने तो कांग्रसी का लीडर का मुंडा है, वो मेरा निजी मेरा मित्र आया आदि तौर से निजी, मेरी अकाली दल ने भी निजियां बहुत लिहाज वह भी आए ने, झाड़ू वाले ने भी निजी मेरिया लिहाजा ने वह भी आए ने वह आए ने। इकट्ठ लखे करके नहीं होया, मैं कोई एडा महान नहीं है, इकट्ठ पंजाब लई होया, इकट्ठ अपने हकां लई होया। यह जिहा हरकतां ना करया करो फलानी सरकार ने कराता जी, धिमकी ने कराता जी, उहने कराता जी, इहने कराता नहीं। जे मैं बादलां वाले ने बड़ा प्रापेगंडा किया कि फलाने ने करता जी, एक कांग्रसियां ने शह ते हो गया जी, फलाने की शह ते हो गया। मैं कहना तुसीं दुबारा कदे भुलेखा कढ लिओ, तुसीं एक पासे उह लोक जिहने पंजाब नूं तबाह करन वाले लोक। मैं एक नहीं कहना भी कल बादल वाली है, कांग्रेसी भी बराबर दे जिम्मेवार है। एक पासे तुसीं रख लिओ दोनों इकट्ठे होके, एक पासे पंजाब दे लोक रख लैणगे जिहड़े पंजाब दे दर्दी लोक ने, पंजाब नूं बचाउणा चाहुंदे ने, एक पासे उह रख लैणगे, तुहाडा भुलेखा उह लोक कढ देणगे। सो इह जिहियां ना गल्लां करिआ करो, हर गल ते सियासत पंदरो, हर गल ते सियासत, हर गल दे उत्ते रौला पा के बैठ जाणो, ऐ होया उह होया। सो मैं दुबारा फिर तहि दिलों भरावो तुहाडा धन्नवाद, मैं तुहाडा करज करज मेरा मेरा रोम रोम मेरा करजा ही है तुहाडा। जिन्ना चिर मैं अज भी कहा सी कि जिहड़ा फड़िया गया तो गल अलग आ, पर जे बाहर रहा तो अंदोलन जित्ते बिना घरे नहीं मुड़दा, यह सुड़े नाल वादा रहा। सो पर डट के मेरा भीर नाल खड़े रहो, साथ दिओ। धन्नवाद, वाहिगुरु जी का खालसा, वाहिगुरु जी की। मेरा नाम नीलम है, मेरे घर वाले नाम सरदार सूबा सिंह, असि पिंड आले आले दे रहने वाले हैं, फिरोजपुर जिला फिरोजपुर। तो मेरे कैंसर हो गया सी 2000 विच, तो मैं पी जी आई चंडीगढ़ तो इलाज करवाया सी जी, उत्थे ऑपरेशन किया, उन्होंने मेरा ऑपरेशन करता, तो इलाज लूज तो बाद मैं 2 साल बाद फिर कैंसर फुट पिया। फिर मैंने इन्होंने दस्या रोमोस्टैटिक वाले का, फिर मैं इतने चली गई, तो इतने मैंने जाने उन्होंने 8 दिन की दवाई दी, तो 8 दिन बाद मैं थोड़ा फर्क पैना शुरू हो गया कि मैं पहला ऐसा कि नहीं बचती, फिर मर के जो इन्हें दवाई दी तो मैं बहुत फर्क पै गया, 8 दिन जी थोड़ा जहा पैना फर्क हो गया। 3 महीने का इलाज से इन्हों का भी, 3 महीने अभी दवाई खावे फिर ठीक करा तेन, वो 3 महीनों के भी मैं 8 दिन घट ही खाती दवाई तो मैं ठीक हो गई बिल्कुल। फिर मैं इतों बागी तो करवाया, सीटी स्कैन करवाई, सारे टैस्ट दोबारा करवाए भी कैंसर हो फिर रहता नहीं गया कि, वो कहते नहीं जी हूँ तू बिल्कुल ठीक है।